दैनिक सवेरा अंधेरे से उजाले की ओर। जिला रेडक्रॉस सोसाइटी जलंधर की ओर से स्थानीय गुरु गोविंद सिंह स्टेडियम में दो दिवसीय स्पोर्ट्स एवं करियर काउंसलिंग जागरूकता स्पार्क नामक मेले का समापन हुआ, जिसमें शिक्षा मंत्री डॉ. दिलजीत सिंह चीमा ने मुख्य अतिथि के तौर पर शिरकत की। कार्यक्रम की शुरुआत से पहले पाकिस्तान में आतंकवादियों द्वारा किए गए कत्लेआम में मारे गए 132 बच्चों की आत्मिक शांति के लिए 2 मिनट का मौन धारण किया गया। इस दौरान विद्यार्थियों द्वारा सांस्कृतिक कार्यक्रम भी पेश किया गया। इस दौरान दिलजीत सिंह चीमा ने मेले में करवाई गई विभिन्न प्रकार की प्रतियोगिताओं में विजेताओं को पुरस्कार वितरित किए। इस मौके पर जिलाधीश कमल किशोर यादव, पवन टीनू, गुरमीत सिंह दादूवाल, कुलवंत सिंह मन्नन, परमजीत सिंह रायपुर, मनहर अरोड़ा, पीएनबी बैंक के डीजीएम डॉ. राजेश यदुवंशी, कर्नल मनमोहन सिंह, परमिंदर बेरी, भूपेंद्र पाल सिंह खालसा सहित प्रशासन के अन्य उच्च अधिकारी भी मौजूद थे। ਪਹਿਲਾਂ ਤਾਂ ਜਿਹੜੀ ਦੁਖਦਾਈ ਇੰਸੀਡੈਂਟ ਕੱਲ੍ਹ ਪਾਕਿਸਤਾਨ ਦੇ ਵਿੱਚ ਹੋਈ, ਮੈਂ ਸਮਝਦਾ ਕਿ ਜਿਹੜਾ ਧਰਤੀ ਦੇ ਉੱਤੇ ਸਭ ਤੋਂ ਵੱਡਾ ਕੋਈ ਪਾਪ ਹੋ ਸਕਦਾ ਉਹ ਹੈ ਕਿ ਇਨੋਸੈਂਟ ਮਾਸੂਮ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਦਾ ਵਹਿਸ਼ਿਆਨਾ ਜਿਹੜਾ ਹਮਲਾ। ਇੱਕ ਤਾਂ ਉਸ ਇੰਸੀਡੈਂਟ ਨੂੰ ਅਸੀਂ ਕੰਡੈਮ ਵੀ ਕੀਤਾ ਔਰ ਅੱਜ ਬੱਚਿਆਂ ਦੇ ਨਾਲ ਮਿਲ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ 2 ਮਿੰਟ ਵਾਸਤੇ ਮੌਨ ਵੀ ਅਸੀਂ ਰੱਖਿਆ, ਉਹਨਾਂ ਦੇ ਸਾਰੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਵੀ ਪ੍ਰਗਟਾਵਾ ਕੀਤਾ। ਦੂਜਾ ਜਿਹੜਾ ਅੱਜ ਦਾ ਇਹ ਸਾਰਾ ਪ੍ਰੋਗਰਾਮ ਹੈ, ਇਹ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕੈਰੀਅਰ ਕਾਉਂਸਲਿੰਗ ਵਾਸਤੇ ਬਹੁਤ ਵੱਡਾ ਉਪਰਾਲਾ ਸਾਡੇ ਡਿਪਟੀ ਕਮਿਸ਼ਨਰ ਜਲੰਧਰ ਦੇ ਉਦਮ ਦੇ ਨਾਲ ਕੀਤਾ ਗਿਆ ਔਰ 2 ਦਿਨਾਂ ਦੇ ਵਿੱਚ ਜ਼ਿਲ੍ਹੇ ਦੇ 30,000 ਸਕੂਲਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ। ਕਿਉਂਕਿ ਬੱਚੇ ਜਿਹੜੇ ਹੈ ਸਰਕਾਰੀ ਸਕੂਲਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਬਹੁਤ ਜੀਨੀਅਸ ਆ, ਲੇਕਿਨ ਆਪਣਾ ਕੈਰੀਅਰ ਕਿਸ ਤਰ੍ਹਾਂ ਚੂਜ਼ ਕਰਨਾ ਹੈ, ਉਹਨਾਂ ਨੂੰ ਘਰੋਂ ਵੀ ਸਪੋਰਟ ਇੰਨੀ ਨਹੀਂ ਹੁੰਦੀ, ਸਕੂਲ ਦੇ ਵਿੱਚੋਂ ਵੀ ਜਿੰਨੀ ਸਪੋਰਟ ਚਾਹੀਦੀ ਹੈ ਉਹ ਨਹੀਂ ਮਿਲਦੀ, ਐਕਸਪੋਜਰ ਬੱਚਿਆਂ ਦਾ ਨਾ ਹੋਣ ਕਰਕੇ ਕਈ ਵਾਰੀ ਬਹੁਤ ਬ੍ਰਿਲੀਅੰਟ ਬੱਚੇ ਜਿਹੜੇ ਆ ਉਹ ਆਪਣੇ ਰਸਤੇ ਤੋਂ ਸਾਈਡ 'ਤੇ ਚਲੇ ਜਾਂਦੇ। ਇਸ ਲਈ ਸਮੇਂ ਸਿਰ ਬੱਚਿਆਂ ਨੂੰ ਕਿਹੜੇ ਕਿਹੜੀਆਂ ਕੈਰੀਅਰ ਆਪਸ਼ਨਸ ਆ, ਕਿਹੜੇ ਕਿਹੜੇ ਨਵੇਂ ਕੋਰਸਿਸ ਆ, ਕਿਹੜੀਆਂ ਕਿਹੜੀਆਂ ਇੰਸਟੀਚਿਊਟਸ ਉਹਨਾਂ ਦੇ ਆਲੇ ਦੁਆਲੇ ਆ, ਕਿਸ ਤਰ੍ਹਾਂ ਦੇ ਕੰਪੀਟੀਸ਼ਨ ਚੱਲ ਰਹੇ ਆ, ਅਗਰ ਕੋਈ ਬੱਚਾ ਵੀਕ ਹੈ ਉਹਨੂੰ ਫਾਈਨੈਂਸ਼ੀਅਲ ਅਸਿਸਟੈਂਸ ਕਿੱਥੋਂ ਲੈਣੀ ਚਾਹੀਦੀ ਆ, ਇਹ ਸਾਰੀਆਂ ਚੀਜ਼ਾਂ ਅੰਡਰ ਵਨ ਰੂਫ ਸਟੇਡੀਅਮ ਦੇ ਵਿੱਚ ਸਾਰੇ ਸਟਾਲ ਲਗਾ ਕੇ ਬੱਚਿਆਂ ਨੂੰ ਬਹੁਤ ਵੱਡਾ ਐਕਸਪੋਜ਼ਰ ਦਿੱਤਾ ਗਿਆ, ਗਾਈਡੈਂਸ ਦਿੱਤੀ ਗਈ, ਜਿਹਦਾ ਮੈਂ ਸਮਝਦਾ ਬਹੁਤ ਫਾਇਦਾ ਜਿਹੜਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹੋਏਗੀ।